अस्सलाम वालेकुम भाजी। वालेकुम अस्सलाम। भाजी तुसी अपना नाम दसो कि ना की है ते तुसी इत्थे पंजाब हाउस च बैठे हो एमकेएम दे विच ते तुहाडा ओहदा की है? मैं तुहाडा बहुत बहुत शुक्रिया अदा करनी हां। ते नाम मेरा हैगा सलमा मुनीर ते मैं इत्थे शोभा खवातीन दी इंचार्ज भी हां। ते इत्थे साडे तीन शोभे ने, पंजाब कमेटी है ते सेंट्रल पंजाब ते शोभा खवातीन। ते मैं शोभा खवातीन के सदर ते सेंट्रल पंजाब की मैं जी है ना सीनियर नर्स। माहौल माशाल्लाह बहुत अच्छा है। माशाल्लाह असी आने इतने पहला भरावान तरह उठते बैठने जिस तरह एक फैमिली तरह, मतलब साडा खाना पीना जो असी काम करने हो जिस तरह पहले साड़ी तंजीमें नौ सी उसके लिए असी काम किया। फिर उस तो बाद हुण अल्लाह खैर करे साडा मिलाद का प्रोग्राम है ईद मिलाद नबी का, वो असी इंशाल्लाह उसके लिए हम सारे अरेंजमेंट्स करांगे, लोगों को दावतें देवांगे। फिर असी अपनी ड्यूटी देने आने पहने देखने जो कुछ है। बाकी है कि माहौल अच्छा। और भाजी बैठे ने ते माशाल्लाह बड़े स्मैलिंग फेस है ते ये मैनू पंजाबी ਦੇ ਵਿੱਚ ਸਭ ਕੁਝ ਦੱਸਣ ਕਿਉਂਕਿ ਲਾਹੌਰ ਦੇ ਨੇ ਅਤੇ ਤੁਸੀਂ ਵੀ ਦੱਸ ਦਿਓ। ਇਹ ਦੱਸੋ ਜੀ ਤੁਸੀਂ ਇੱਥੇ ਲਾਹੌਰ ਦੇ ਹੋ ਜਾਂ ਲਾਹੌਰੋਂ ਬਾਹਰੋਂ ਆਏ ਹੋ? ਹੈ ਤਾਂ ਅਸੀਂ ਕਰਾਚੀ ਦੇ ਹਾਂ ਲੇਕਿਨ ਜਿਹੜਾ ਵਿਊ ਹੋ ਗਏ ਅਤੇ ਲਾਹੌਰੀ ਪੱਕੇ ਲਾਹੌਰੀਏ ਬਣ ਗਏ। ਅੱਛਾ। ਲਾਹੌਰ ਸ਼ਹਿਰ ਜਿਹੜਾ ਹੈ ਬਹੁਤ ਹੀ ਜੀਦਾਰਾਂ ਦਾ ਸ਼ਹਿਰ ਹੈ। ਇੱਥੇ ਜਿਹੜਾ ਕੋਈ ਆਉਂਦਾ ਉਹਦਾ ਜਾਣ ਨੂੰ ਦਿਲ ਨਹੀਂ ਕਰਦਾ। ਇੱਥੋਂ ਦੇ ਖਾਣੇ ਇੱਥੋਂ ਦੀ ਰਹਿਣ ਸਹਿਣ ਬਹੁਤ ਅੱਛੀ ਹੈ। ਮਿਲਣ ਮਤਲਬ ਇੱਕ ਜੋਸ਼ ਬਲਬਲਾ ਲਾਹੌਰੀਏ 'ਚ ਪਾਇਆ ਜਾਂਦਾ ਹੈ, ਹੋਰ ਕਿਸੇ ਪਾਸੇ ਨਜ਼ਰ ਨਹੀਂ ਆਉਂਦਾ ਜੀ। ਮਾਸ਼ਾਅੱਲਾ ਜੀ ਤੁਸੀਂ ਇੱਥੇ ਪੰਜਾਬ ਵਿੱਚ ਆਏ ਹੋ ਅਤੇ ਬੜੀ ਖੁਸ਼ੀ ਹੋਈ ਹੈ ਅਤੇ ਸਾਰੇ ਭੈਣ ਭਰਾ ਵੀ ਖੁਸ਼ ਹੁੰਦੇ ਨੇ ਅਤੇ ਸਭ ਰਹਿਣ ਵਾਲੇ ਅਤੇ ਨਾਲ ਸਾਡੇ ਇੱਕ ਹੋਰ ਬਾਜੀ ਬੈਠੇ ਹੋਏ ਨੇ। ਇਹ ਵੀ ਉਹਦਾ ਨਾਂ ਕੀ ਹੈ? ਅਤੇ ਇਹਨਾਂ ਦੀ ਮੇਰੀ ਵੀ ਗੱਲ ਹੋਈ ਸੀ, ਕਹਿੰਦੇ ਸੀ ਕਿ ਮੈਨੂੰ ਪੰਜਾਬੀ ਪੂਰੀ ਤਰ੍ਹਾਂ ਨਹੀਂ ਆਉਂਦੀ, ਪਰ ਮੈਂ ਕਿਹਾ ਚਲੋ ਜੋ ਵੀ ਕੋਸ਼ਿਸ਼ ਕਰੋ ਥੋੜ੍ਹੀ ਬਹੁਤ ਬੋਲ ਦਿਓ, ਕਿਉਂਕਿ ਇਹਨਾਂ ਦੇ ਵੀ ਉਹਦਾ ਨਾਂ ਕੀ ਹੈ, ਇਹ ਵੀ ਇੱਕ ਜ਼ਿੰਮੇਦਾਰ ਨੇ ਆਪਣੀ ਕਮੇਟੀ ਦੇ ਅਤੇ ਪੰਜਾਬ ਦੇ ਐਮਕਿਊਐਮ ਦੇ, ਅਤੇ ਤੁਸੀਂ ਉਹਦਾ ਨਾਂ ਕੀ ਹੈ ਇਹ ਦੱਸੋ ਮੈਨੂੰ। ਹਾਂਜੀ। ਅੱਛਾ ਇਹ ਦੱਸੋ ਜੀ ਤੁਸੀਂ ਇੱਥੇ ਰੋਜ਼ ਆਉਂਦੇ ਹੋ ਆਪਣੀ ਜ਼ਿੰਮੇਦਾਰੀ ਨਿਭਾਉਣ ਵਾਸਤੇ ਜਿਹੜੀ ਤੁਹਾਨੂੰ ਮਿਲੀ ਹੋਈ ਹੈ? ਤੁਸੀਂ ਇਕੱਲੇ ਹੀ ਆਉਂਦੇ ਹੋ ਕਿ ਨਾਲ ਤੁਹਾਡੇ ਹੋਰ ਵੀ ਕੋਈ ਆਉਂਦਾ ਜੀ? ਮੇਰੇ ਨਾਲ ਬੱਚੇ ਵਗੈਰਾ ਵੀ ਆਉਂਦੇ ਨੇ, ਬੜਾ ਅੱਛਾ ਮਾਹੌਲ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਬੈਠੇ ਹਾਂ, ਕਿਸੇ ਤਰ੍ਹਾਂ ਦੀ ਸਾਡੇ ਵਾਸਤੇ ਕੋਈ ਪ੍ਰੋਬਲਮ ਨਹੀਂ। ਮਾਸ਼ਾਅੱਲਾ ਬੜੀ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਘਰ ਸਮਝਦੇ ਹੋ ਪੰਜਾਬ ਹਾਊਸ ਨੂੰ, ਅਤੇ ਇੱਥੇ ਤੁਹਾਨੂੰ ਕੋਈ ਤਕਲੀਫ਼ ਕੋਈ ਤੰਗੀ ਜਾਂ ਕੋਈ ਐਸੀ ਮਸਲਾ ਨਹੀਂ ਆਉਂਦਾ ਤੁਹਾਨੂੰ? ਕੋਈ ਬਿਲਕੁਲ ਵੀ ਨਹੀਂ, ਬਲਕਿ ਬੜਾ ਅੱਛਾ ਇਸ ਤਰ੍ਹਾਂ ਲੱਗਿਆ ਜਿਵੇਂ ਅਸੀਂ ਆਪਣੇ ਘਰ ਆਏ ਹੋਏ, ਆਪਣੇ ਮਾਂ ਪਿਓ ਨਾਲ ਬੈਠੇ ਹਾਂ, ਆਪਣੇ ਭੈਣ ਭਰਾਵਾਂ ਨਾਲ। ਕਿਸੇ ਤਰ੍ਹਾਂ ਦੀ ਕੋਈ ਸਾਨੂੰ ਨਾ ਕਿਸੇ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਹੀਂ ਆਉਂਦੀ, ਬੜਾ ਅੱਛਾ ਇੱਥੋਂ ਦਾ ਮਾਹੌਲ ਹੈ। ਅਤੇ ਮੈਂ ਕਹਾਂਗੀ ਹੋਰ ਵੀ ਕੋਈ ਬਾਜੀਆਂ ਆਉਣਾ ਚਾਹੁੰਦੀਆਂ ਤਾਂ ਆਮ। ਅੱਛਾ ਤੁਸੀਂ ਹੁਣ ਬਾਜੀਆਂ ਵਾਸਤੇ ਕੋਈ ਪੈਗਾਮ ਦੇ ਸਕਦੇ ਹੋ? ਜੀ ਮੈਂ ਇਹੀ ਦੇਵਾਂਗੀ ਕਿ ਮਾਸ਼ਾਅੱਲਾ ਬਾਜੀਆਂ ਆਉਣ ਇੱਥੇ ਆ ਕੇ ਆਪਣਾ ਦੇਖਣ, ਟਾਈਮ ਦੇਣ, ਪਤਾ ਚੱਲੇਗਾ ਉਹਨਾਂ ਨੂੰ ਕਿ ਵਾਕਈ ਪਾਰਟੀ ਜਮਾਤ ਅੱਛੀ ਜਮਾਤ ਹੈਗੀ ਹੈ। ਘਰ ਵਾਲਾ ਮਾਹੌਲ ਹੈ, ਬਿਲਕੁਲ ਘਰ ਵਾਲਾ ਮਾਹੌਲ ਹੈਗਾ, ਸਭ ਭੈਣ ਭਰਾਵਾਂ। ਹਾਂਜੀ ਇੱਕ ਹੋਰ ਨਾਲ ਬੈਠਿਆ ਬਾਜੀ, ਇਹਨਾਂ ਪੁੱਛੀ ਦੀ ਕਿ ਕਹਿੰਦੇ ਤੁਸੀਂ ਪੰਜਾਬ ਹਾਊਸ 'ਚ ਤੁਹਾਡੀ ਜ਼ਿੰਮੇਦਾਰੀ ਕੀ ਹੈ ਜੀ? ਡਿਪਟੀ ਸੈਕਟਰੀ ਹੈ ਜੀ ਮੇਰੀ ਜ਼ਿੰਮੇਦਾਰੀ। ਤੁਸੀਂ ਇੱਥੇ ਆਪਣੇ ਆਉਂਦੇ ਹੋ, ਇੱਥੇ ਭੈਣ ਭਰਾ ਹੋਰ ਵੀ ਆਉਂਦੇ ਨੇ ਸਾਰਿਆਂ, ਕੋਈ ਇੱਥੇ ਤੁਸੀਂ ਕੋਈ ਐਸਾ ਵੈਸਾ ਮਾਹੌਲ ਨਹੀਂ ਜੀ? ਇਸ ਤਰ੍ਹਾਂ ਦਾ ਤਾਂ ਕੋਈ ਚੱਕਰ ਨਹੀਂ ਇੱਥੇ ਹੈ। ਅਗਰ ਹੁੰਦਾ ਤਾਂ ਅੱਜ ਮੈਂ ਇੱਥੇ ਨਾ ਬੈਠੀ ਹੁੰਦੀ, ਅਤੇ ਕਾਫੀ ਅਰਸਾ ਹੋ ਗਿਆ ਇੱਥੇ ਆਉਂਦਿਆਂ ਨੂੰ। ਮਾਸ਼ਾਅੱਲਾ ਬਹੁਤ ਅੱਛਾ ਮਾਹੌਲ ਹੈ, ਭੈਣ ਭਰਾਵਾਂ ਤਰ੍ਹਾਂ ਸਭ ਦਾ, ਔਰ ਬੜੇ ਅੱਛੇ ਤਰੀਕੇ ਨਾਲ ਸਭ ਗੱਲਬਾਤ ਕਰਦੇ ਨੇ, ਔਰ ਇੱਕ ਘਰ ਵਾਲਾ ਫੈਮਿਲੀ। ਸਲਮਾ ਮਨੀਰ ਸਾਹਿਬ ਆ, ਇਹ ਇੱਕ ਪੈਗਾਮ ਦੇਣਾ ਚਾਹੁੰਦੇ ਹਾਂ, ਕਹਿੰਦੇ ਨੇ ਕੋਈ ਪੰਜਾਬ ਦੀਆਂ ਜਿੰਨੀਆਂ ਖਵਾਤੀਨ ਨੇ ਇਸ ਨੂੰ ਜੁਆਇਨ ਕਰਨ ਐਮਕਿਊਐਮ ਨੂੰ, ਅਤੇ ਇਨਸ਼ਾਅੱਲਾ ਤਾਲਾ ਉਹਨਾਂ ਘਰ ਦਾ ਮਾਹੌਲ ਮਿਲੇਗਾ। ਅਤੇ ਇਹ ਮੈਂ ਇਹਨਾਂ ਦੀ ਜ਼ਬਾਨੀ ਸੁਣਨਾ ਚਾਹੁੰਦਾ ਕਿ ਇਹ ਕੀ ਕਹਿੰਦੇ ਨੇ। ਜੀ ਬਿਲਕੁਲ, ਦੇਖੋ ਜੀ ਮਤਲਬ ਸਾਡੀ ਜਿਹੜੀ ਆਬਾਦੀ ਹੈ ਪਾਕਿਸਤਾਨ ਦੀ, ਇਹਦੇ 'ਚ ਜਿਹੜਾ ਨਿਸਫ ਹਿੱਸਾ ਨਾ ਉਹ ਖਵਾਤੀਨ ਦਾ, ਅਤੇ ਖਵਾਤੀਨ ਜਦੋਂ ਤੱਕ ਆਪਣੇ ਹਕੂਕ ਲਈ ਲੜਨਗੇ ਨਹੀਂ ਤਾਂ ਉਹਨਾਂ ਨੂੰ ਉਹਨਾਂ ਦੇ ਹਕੂਕ ਕਿਸ ਤਰ੍ਹਾਂ ਮਿਲਣਗੇ? ਕਿ ਜਿਸ ਤਰ੍ਹਾਂ ਅਸੀਂ ਆਉਂਦੇ ਹਾਂ ਇੱਥੇ, ਟਾਈਮ ਦਿੰਦੇ ਹਾਂ, ਹੋਰ ਵੀ ਬਾਜੀਆਂ ਆਉਣ ਪੰਜਾਬ ਦੀਆਂ ਆਪਣੇ ਘਰਾਂ 'ਚੋਂ ਨਿਕਲਣ ਅਤੇ ਆ ਕੇ ਸਾਨੂੰ ਜੁਆਇਨ ਕਰਨ, ਉਹਨਾਂ ਨੂੰ ਬੜੀ ਖੁਸ਼ੀ ਹੋਏਗੀ ਔਰ ਸਾਨੂੰ ਵੀ ਬਹੁਤ ਖੁਸ਼ੀ ਹੋਏਗੀ ਕਿ ਸਾਡੀ ਜਿਹੜੀ ਖਵਾਤੀਨ ਦੀ ਤਾਦਾਦ ਹੈ ਉਹ ਬੜ ਰਹੀ ਹੈ। ਔਰ ਜਿੱਥੇ ਫਿਰ ਤੁਹਾਨੂੰ ਪਤਾ ਦੋ ਤੋਂ ਜ਼ਿਆਦਾ ਖਵਾਤੀਨ ਹੋਣਗੀਆਂ, ਬਲਕਿ ਜ਼ਿਆਦਾ ਖਵਾਤੀਨ ਹੋਣਗੀਆਂ, ਉਹ ਜ਼ਿਆਦਾ ਅੱਛਾ ਕੰਮ ਕਰ ਸਕਦੇ। ਜੀ ਬੜੀ ਬੜੀ ਮਿਹਰਬਾਨੀ ਤੁਹਾਡੀ।